तू तो ब्याही हुई है। तेने ब्याही हुई तो की लेना, तू कम कर पैसे दे ना। 200 केड़े खसम नु छड़ के आई है तू? पता नहीं कौन हैगा, मैं तो पहचान दी भी मैंने कदे देखा भी नहीं, किवें पहचानूंगी। तेरा नाम करमू है? हाँ जी। चल बैठ छेती जल्दी कर, कोई देखना लगे छेती कर। चला आला चा आ गया अपना टिकाना। चल तू छेती अंदर चल माड़ा जा। नहीं नहीं कोई डर वाली गल नहीं, अपना ही छेती चल। पर मिनता भाभी ने कहा कि कुबारी कुड़ी आ रही है, तू तो ब्याही हुई है। तेने ब्याही हुई तो की लेना, तू कम कर पैसे दे। सच्ची यार तेनू मिल के देना सच्ची बड़ा स्वाद आ गया, बड़ी घेंट है तू तो। मेरी ये मजबूरी है, मैं सौंक नू नहीं करती हैगी। अच्छा मजबूरी तो तेरी होनी, पर यार सच्ची तेरे नाल तां ना मेरा दिल जा मिल गया, तेरे नाल प्यार करन जी करता। ये प्यार करना मैं सोचा नहीं कदे, पहला बहुत प्यार करके देख ले, धोखा ही मिलते ने। पर आ बंदा धोखा नहीं दिंदा तेनू, चाहे कोई मर्जी धोखा दे गया हो वे। तो एक मेरी मेरी बन के तो देखना। मैं कोई प्यार नहीं करना, तुसी पैसे दो मैं जावा। यार मर्जी है तेरी देख ला। ना तुसी पैसे दो मैं जावा। आला चक 800 रुपया। 800 गल तो 1000 च हुई सी। ओ तू भाभी नाल गल करी, मेरी तो 800 च गल हुई सी भाभी नाल। मैं अपने घर वाले नु की जवाब दूंगी, तो मैं तो पूरे पैसे मंगूंगा। चलो हुण तू ये गल भाभी नाल करी, मैं तेनू कुछ नहीं कह सकता। तो ठीक चल अज की रात रुके जा, मैं कहना ना मर्जी आ। तेरा दिल नहीं करता काम करने, मजबूरी करूंगी। तू? हाँ जी आ गई। जे मेरी गल सुनोगे मैथों होर नहीं ये हुंदा हैगा, मैथों ना करवाया करो इहो जे कम। क्यों? मैनू नहीं चंगा लगता। क्यों नहीं चंगा लगता? तुसी मैथों झाड़ू पोचे करवा लिया करो, कोई होर कम कर लूंगी, मैनू ये बिल्कुल भी पसंद नहीं हैगा कम। मैनू बहुत तकलीफ हुंदी है। ओ सारी दुनिया करती है, तेनू ज्यादा तकलीफ होती है। मैं तेरे पिछे अपना घर वाला छड के आई, अपने बच्चे छड के आई। ओद तो मैनू कहिंदा सी तेनू राणी बना के रखूंगा, मैनू की पता सी तू इहो जे गंदे काम करवाएगा मैथों। ते राणी बना के रख रहे और घाटा कि चीज है दस। मैं तेरे मूहरे हाथ जोड़ के बेनती कर दी हाँ, मैं तो भी मैथों नहीं होर हो सकता इहो जे काम। चल फालतू ना बोल, पैसे लिया। भाभी का फोन। हैलो
ਹਾਂ ਸਤਿ ਸ਼੍ਰੀ ਅਕਾਲ ਭਾਬੀ। ਸਤਿ ਸ਼੍ਰੀ ਅਕਾਲ, ਹੋਰ ਗੋਪੀ ਠੀਕ ਆ? ਹਾਂ ਹਾਂ ਵਧੀਆ, ਤੁਸੀਂ ਸੁਣਾਓ ਜੀ। ਅੱਛਾ, ਹੋਰ ਲੈਣਾ ਜ਼ਿੰਦਗੀ ਦੇ ਨਜ਼ਾਰੇ? ਹਾਂ ਨਜ਼ਾਰੇ ਫੁੱਲ ਨੇ ਜੀ, ਵਧੀਆ ਚੱਲੀ ਜਾਂਦੀ ਆ। ਚਲੋ ਠੀਕ ਆ। ਅੱਛਾ ਗਾਹਕ ਖੜੇ ਆ ਤੇ ਕਰਮ ਉਹਨੂੰ ਭੇਜ ਦੇ। ਹਾਂ ਹਾਂ ਮੈਂ ਭੇਜਦਾ, ਕੋਈ ਨਹੀਂ ਜਲਦੀ ਭੇਜਦਾ। ਤੇ ਚਲ ਠੀਕ ਆ, ਮੜਾ ਜਿਹਾ ਜਲਦੀ ਭੇਜੋ। ਭਾਬੀ ਜੀ ਗੱਲ ਸੁਣਿਓ। ਹਾਂਜੀ। ਤੇ ਉਹ ਪਹਿਲਾਂ ਵੀ ਜਦੋਂ ਪਿਛਲੀ ਵਾਰ ਮੁੰਡੇ ਨੇ ਪੈਸੇ ਪੂਸੇ ਘੱਟ ਦਿੱਤੇ ਜਾਂ ਤੁਸੀਂ ਘੱਟ ਦਿੱਤੇ ਨੇ? 800 ਰੁਪਇਆ ਸੀ। ਨਹੀਂ ਫਿਰ ਉਹ ਹੋ ਗਿਆ ਸੀਗਾ ਘਾਟਾ ਵੱਧਾ, ਕੋਈ ਚੱਕਰ ਨਹੀਂ, ਉਹ ਮੈਂ ਹੁਣੇ ਕਰ ਦੂੰਗੀ ਤੈਨੂੰ, ਤੇ ਤੂੰ ਭੇਜ ਜਲਦੀ ਠੀਕ ਆ। ਗਾਹਕ ਖੜੇ ਨੇ। ਪੈਸੇ ਮੜੇ ਜੇ ਵਧੀਆ ਦਵਾ ਦਿਆ ਕਰੋ ਜੀ, ਤੁਹਾਨੂੰ ਪਤਾ ਤਾਂ ਹੈ। ਬਸ ਕੋਈ ਚੱਕਰ ਨਹੀਂ, ਤੂੰ ਬਾਹਲੀ ਟੈਨਸ਼ਨ ਨਾ ਲਿਆ ਕਰ, ਤੂੰ ਜਲਦੀ ਭੇਜ। ਕੋਈ ਗੱਲ ਨਹੀਂ ਭੇਜ ਦੇਣਾ। ਠੀਕ ਹੈ ਚੱਲ ਠੀਕ ਆ। ਕੀ ਹੋ ਗਿਆ ਜੀ? ਕਿਉਂ ਫਿਰ ਆ ਰਿਹਾ ਜ਼ਿੰਦਗੀ ਦਾ ਨਜ਼ਾਰਾ? ਕਾਹਦਾ ਨਜ਼ਾਰਾ, ਤੈਨੇ ਤਾਂ ਮੈਨੂੰ ਬਹੁਤ ਪੁੱਠੇ ਕੰਮਾਂ 'ਚ ਹੀ ਪਾਤਾ। ਮੈਂ ਥੋੜ੍ਹਾ ਪੁੱਠੇ ਕੰਮਾਂ 'ਚ ਪਾਇਆ, ਜਿਹੜਾ ਤੇਰੀ ਤਕਦੀਰ ਹੀ ਐਵੇਂ ਦੀ ਹੈ ਜਿਹੜੀ ਤੈਨੂੰ ਇੱਥੇ ਤੱਕ ਖਿੱਚ ਕੇ ਲੈ ਕੇ ਆਈ ਹੈ। ਤੈਨੇ ਮੇਰੀ ਬਹੁਤ ਜ਼ਿੰਦਗੀ ਨਾਲ ਧੋਖਾ ਕੀਤਾ। ਮੈਂ ਧੋਖਾ ਕੀਤਾ? ਤੂੰ ਚੰਗੀ ਵਫਾ ਕਰਕੇ ਆਈ ਹੈ ਪਹਿਲਾਂ, ਤੂੰ ਵੀ ਤਾਂ ਧੋਖਾ ਹੀ ਦੇ ਕੇ ਆਈ ਹੈ ਕਿਸੇ ਨੂੰ। ਇਹ ਸਭ ਤੋਂ ਵੱਡੀ ਗਲਤੀ ਤੀ ਮੇਰੀ ਜਿਹੜੀ ਮੈਂ ਤੇਰੇ ਨਾਲ ਭੱਜ ਕੇ ਆ ਗਈ। ਚੱਲ ਬਾਲੀ ਬਕਵਾਸ ਜੀ ਨਾ ਮਾਰ, ਕੰਮ 'ਤੇ ਵੀ ਜਾਣਾ, ਭਾਬੀ ਦਾ ਫੋਨ ਆਇਆ ਸੀ, ਤਿਆਰ ਹੋ ਜਾ, ਮੋਟੀ ਸਾਮੀ ਅੱਜ। ਮੈਂ ਨਹੀਂ ਜਾਂਦੀ ਹੈਗੀ। ਕਿਉਂ? ਮੇਰੀ ਤਬੀਅਤ ਠੀਕ ਨਹੀਂ ਹੈਗੀ ਅੱਜ। ਤੇਰੀ ਤਾਂ ਰੋਜ਼ ਹੀ ਤਬੀਅਤ ਠੀਕ ਨਹੀਂ ਹੁੰਦੀ ਮੇਰੇ ਸਾਲੇ ਦੀ। ਤਿਆਰ ਹੋ, ਚਾਹ ਕੰਮ 'ਤੇ ਜਾ, ਮੈਨੂੰ ਪੈਸੇ ਚਾਹੀਦੇ ਨੇ ਸ਼ਾਮ ਨੂੰ ਪੈਸੇ, ਆਈ ਸਮਝ? ਮੈਂ ਨਹੀਂ ਜਾਣਾ ਹੈਗਾ। ਜਾਣਾ ਕਿਵੇਂ ਨਹੀਂ ਤੂੰ, ਚੱਲ ਜਾਣਾ ਨਹੀਂ, ਤੇਰੀ ਤਾਂ ਮਾਂ ਵੀ ਜਾਏਗੀ ਮੇਰੇ ਸਾਲੇ ਦੀ। ਗੋਪੀ ਤਾਂ ਮੈਂ ਨਾ ਠੀਕ ਨਹੀਂ ਕੀਤਾ, ਤੇਰੇ ਪਿੱਛੇ ਸਭ ਕੁਛ ਛੱਡ ਕੇ ਆਈ ਮੈਂ, ਮੈਨੂੰ ਕੀ ਪਤਾ ਸੀ ਤੂੰ ਮੈਨੂੰ ਇਹੋ ਜਿਹੇ ਮੋੜ 'ਤੇ ਲੈ ਆਵੇਂਗਾ, ਨਾ ਮੈਂ ਜਿਉਣ 'ਚ ਨਾ ਮੈਂ ਮਰਨ 'ਚ। ਹੁਣ ਮੇਰੇ ਸਾਰੇ ਰਸਤੇ ਬੰਦ ਹੋ ਗਏ, ਮੈਂ ਕਿਤੇ ਵੀ ਜਾਣ ਜੋਗਰੀ ਨਹੀਂ ਹੈਗੀ, ਮੈਂ ਕਿੱਧਰ ਮਰਾਂ? ਚੱਲ ਤਿਆਰ ਸੀ ਉਸਦਾ ਤੂੰ ਕਿਹੜਾ ਹੋਣਾ, ਤੂੰ ਕੰਮ 'ਤੇ ਜਾ ਪਹਿਲਾਂ। ਮੈਂ ਤਿਆਰ ਹੀ ਹੈਗੀ, ਚੱਲੀ ਹਾਂ। ਦੋ ਘੰਟੇ ਹੋ ਗਏ, ਚੱਲ ਛੱਤੀ ਜਾ। ਜ਼ਿੰਦਗੀ ਹਰ ਰੋਜ਼ ਇਮਤਿਹਾਨ ਲੈਂਦੀ ਹੈ ਔਰਤ ਦਾ, ਅਤੇ ਕਰਮੋ ਵੀ ਉਹਨਾਂ ਰਾਹਾਂ 'ਤੇ ਉਲਝ ਚੁੱਕੀ ਸੀ। ਆਪਣੇ ਪੈਰ 'ਤੇ ਆਪ ਕੁਹਾੜਾ ਮਾਰ ਕੇ ਉਹਨੇ ਆਪਣੀ ਜ਼ਿੰਦਗੀ ਦਲਦਲ 'ਚ ਫਸਾ ਲਈ ਸੀ, ਅਤੇ ਉਹਦਾ ਘਰ ਵਾਲਾ ਹਰ ਰੋਜ਼ ਉਹਨੂੰ ਉਹਨਾਂ ਕੰਮਾਂ ਲਈ ਭੇਜਦਾ ਜਿਹਨਾਂ ਕੰਮਾਂ ਲਈ ਉਹਦਾ ਮਨ ਕਦੇ ਨਾ ਮੰਨਦਾ। ਪਰ ਫਸੀ ਹੋਈ ਕਰਮੋ ਉਹਨੂੰ ਨਾ ਵੀ ਨਾ ਕਰ ਪਾਉਂਦੀ, ਉਹਦੇ ਤਸੀਹੇ ਕੁੱਟਮਾਰ ਅਤੇ ਲੋਕਾਂ ਦੇ ਤਾਨੇ ਮਿਲਣੇ ਹਰ ਰੋਜ਼ ਸਹਿੰਦੀ ਰਹਿੰਦੀ ਅਤੇ ਹਰ ਰੋਜ਼ ਮਰਦੀ ਰਹਿੰਦੀ। ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਅਸਲ 'ਚ ਉਹਦੇ ਨਾਲ ਹੋ ਕੀ ਰਿਹਾ। ਸਾਰੇ ਰਸਤੇ ਜ਼ਿੰਦਗੀ ਦੇ ਬੰਦ ਹੋ ਚੁੱਕੇ ਸੀ, ਕੋਈ ਵੀ ਰਸਤਾ ਖੁੱਲ੍ਹਾ ਨਹੀਂ ਸੀਗਾ। ਬਸ ਉਹ ਇੱਕ ਛੋਟੀ ਜਿਹੀ ਉਮੀਦ ਚਾਹੁੰਦੀ ਸੀ ਜ਼ਿੰਦਗੀ 'ਚ, ਅਤੇ ਉਹਨੂੰ ਉਮੀਦ ਕਿਤੇ ਨਹੀਂ ਮਿਲ ਰਹੀ ਸੀ। ਤੈਨੂੰ ਰੱਖ ਫਿਰ ਕਿੱਧਰ ਚੱਲੀ ਤੈਨੂੰ? ਪਾਣੀ ਲੈਣ ਜਾ ਰਹੀ ਹਾਂ। ਪਾਣੀ ਲੈਣ ਜਾ ਰਹੀ ਹਾਂ, ਕੰਮ 'ਤੇ ਨਹੀਂ ਗਈ? ਕੰਮ 'ਤੇ ਕਿੱਥੇ ਵਗ ਜਾਵਾਂ, ਫੋਨ ਤਾਂ ਆਇਆ ਨਹੀਂ ਕਿਸੇ ਦਾ। ਫੋਨ ਆਇਆ ਨਹੀਂ, ਜਿੱਥੇ ਮਰਜ਼ੀ ਜਾ, ਮੈਨੂੰ ਪੂਰਾ 1000 ਰੁਪਇਆ ਸ਼ਾਮ ਨੂੰ ਚਾਹੀਦਾ। ਹੁਣ ਮੈਂ ਕਿੱਥੇ ਵਗ ਜਾਵਾਂ? ਜਿੱਥੇ ਮਰਜ਼ੀ ਜਾ, ਮੈਨੂੰ ਨਹੀਂ ਪਤਾ, ਮੇਰੀ ਗੱਲ ਸੁਣ ਲੈ। ਨਾਲੇ ਆਥਣੇ ਨੂੰ ਆਉਂਦੀ ਨਾ, ਬੋਤਲ ਜ਼ਰੂਰ ਲੈ ਕੇ ਆਈ, ਇੱਕ ਬੋਤਲ। ਇੰਨੀ ਤਾਂ ਤੁਸੀਂ ਪੀ ਰੱਖੀ ਹੈਗੀ, ਹੁਣ
ਫਿਰ ਕੀ ਹੈ ਨਾਲੇ ਇਹ ਪਾਣੀ ਪੂਣੀ ਭਰਨ ਵਾਲੇ ਕੰਮ ਨਾ ਕਰਿਆ ਕਰ ਤੂੰ ਮੈਂ ਹੈਗਾ ਤੂੰ ਤਾਂ ਨੋਟ ਕਮਾ ਨੋਟ ਤੇਰੀ ਜਵਾਨੀ ਅੱਗ ਲਾ ਰਹੀ ਅੱਜ ਕੱਲ੍ਹ ਇਹ ਜਵਾਨੀ ਵਾਰ ਵਾਰ ਨਹੀਂ ਆਉਣੀ ਨੋਟ ਕਮਾ ਟਾਈਮ ਹੈ ਹੁਣ ਲੈ ਭਰ ਲਿਆ ਮੈਂ ਜਲਦੀ ਤਿਆਰ ਹੋ ਕੇ ਜਾ ਕਿੱਥੇ ਮਰਜ਼ੀ ਜਾ ਮੈਨੂੰ ਨਹੀਂ ਪਤਾ ਪੈਸੇ ਚਾਹੀਦੇ ਨੇ ਮੈਨੂੰ ਪੈਸੇ ਪਿਆਰ ਕਰਦੀ ਹੈ ਮੈਨੂੰ ਮੇਰੇ ਸਾਲੇ ਦੀ ਪਿਆਰ ਪਿਓਰ ਇੱਥੇ ਦੁਨੀਆ ਦੇ ਕਿਹੜਾ ਕਿਹੜਾ ਹੈ ਪਿਆਰ ਕਰਾਂ ਇਹਦਾ ਸਰਾਬੀ ਦਾ ਮੈਂ ਤਾਂ ਜਮੀ ਤਾਂ ਪਾ ਲਿਆ ਕਿੱਧਰ ਜਾਵਾਂ ਹੁਣ ਮੈਂ ਨਾ ਮਰਨ 'ਚ ਨਾ ਜਿਉਣ 'ਚ ਉਸ ਮੁੰਡੇ ਨੇ ਮੈਨੂੰ ਨੰਬਰ ਦਿੱਤਾ ਸੀਗਾ ਮੈਂ ਉਹਨੂੰ ਫੋਨ ਕਰਕੇ ਦੇਖਦੀ ਹਾਂ ਸ਼ਾਇਦ ਉਹ ਮੈਨੂੰ ਬੁਲਾਏ ਲਏ ਨਹੀਂ ਇਹ ਸਰਾਬੀ ਤਾਂ ਨਾ ਮੈਨੂੰ ਰਾਤ ਨੂੰ ਰੋਟੀ ਵੀ ਖਾਣ ਨਹੀਂ ਦੇਣੀ ਇਹਨੇ ਮੇਰੇ ਹਾਲਾਤ ਬੁਰੇ ਕਰ ਦੂਗਾ ਦੇਖਦੀ ਹਾਂ ਮੈਂ ਉਹਨੂੰ ਫੋਨ ਕਰਕੇ ਆਜਾ ਆਜਾ ਲੱਗਿਆ ਯਾਰ ਖੜ ਗਈ ਤੂੰ ਤਾਂ ਆਜਾ ਬਹਿ ਜਾ ਹੋਰ ਸੁਣਾ ਫਿਰ ਆਉਣ 'ਚ ਕੋਈ ਦਿੱਕਤ ਤਾਂ ਨਹੀਂ ਹੋਈ ਦਿੱਕਤ ਤਾਂ ਕੋਈ ਨਹੀਂ ਹੋਈ ਤੇਰਾ ਬਹੁਤ ਬਹੁਤ ਧੰਨਵਾਦ ਜਿਹੜੀ ਤੈਂ ਅੱਜ ਮੇਰੀ ਸੁਣ ਲਈ ਮੈਨੂੰ ਬੁਲਾ ਲਿਆ ਨਹੀਂ ਅੱਜ ਪਤਾ ਨਹੀਂ ਕੀ ਹੋਣਾ ਸੀ ਮੇਰੇ ਨਾਲ ਉਹ ਆਹ ਧੰਨਵਾਦ ਨੂੰ ਛੱਡ ਮੈਂ ਤਾਂ ਤੈਨੂੰ ਰੂਹ ਤੋਂ ਅਤੇ ਦਿਲ ਤੋਂ ਪਿਆਰ ਕਰਦਾ ਅਤੇ ਤੇਰੇ ਜਿਸਮ ਨੂੰ ਵੀ ਰੱਜ ਕੇ ਪਿਆਰ ਕਰਦਾ ਅੱਜ ਤਾਂ ਨਾ ਤੂੰ ਸੰਤਰਾ ਜਿਹਾ ਬਣੀ ਫਿਰਦੀ ਆ ਜੀ ਕਰਦਾ ਤੇਰੀਆਂ ਫਾੜੀਆਂ ਚੂਸ ਜਾ ਹੋਰ ਦੱਸ ਫਿਰ ਸੈੱਟ ਵੀ ਆ ਤੂੰ ਹੋਰ ਦੱਸ ਮੈਨੂੰ ਮਿਲ ਕੇ ਕਿਵੇਂ ਲੱਗਿਆ ਫਿਰ ਇਹ ਤਾਂ ਮੇਰਾ ਰੋਜ਼ ਦਾ ਕੰਮ ਹੋ ਗਿਆ ਮੈਨੂੰ ਕਿੱਦਾਂ ਦਾ ਲੱਗਣਾ ਅਤੇ ਇੱਕ ਆਦਤ ਜੀ ਬਣ ਗਈ ਮਜਬੂਰੀ ਵੀ ਪਤਾ ਨਹੀਂ ਕੀ ਕੁਛ ਕਰਾਉਂਦੀ ਹੈ ਯਾਰ ਤੂੰ ਮਿਲੀ ਤਾਂ ਲੋਕਾਂ ਨੂੰ ਬਥੇਰਿਆਂ ਨੂੰ ਹੋਣੀ ਪਰ ਹਾਂ ਬੰਦੇ ਨੂੰ ਮਿਲੀ ਆ ਨਾ ਤੈਨੂੰ ਮੈਂ ਖੁਸ਼ ਕਰਕੇ ਰੱਖੂੰ ਯਾਰ ਤੂੰ ਸਾਰੀ ਜ਼ਿੰਦਗੀ ਮੇਰੇ ਨਾਲ ਬਿਤਾ ਕੇ ਤਾਂ ਦੇਖ ਤੂੰ ਮੈਨੂੰ ਪਿਆਰ ਕਰਕੇ ਤਾਂ ਦੇਖ ਕੁਛ ਤਾਂ ਬਹੁਤ ਲੋਕ ਕਹਿੰਦੇ ਹੁੰਦੇ ਨੇ ਪਹਿਲਾਂ ਬਾਅਦ 'ਚ ਹੀ ਪਤਾ ਲੱਗਦਾ ਕਿ ਉਹ ਜ਼ਿੰਦਗੀ ਨੂੰ ਪਿਆਰ ਕਰਦੇ ਨੇ ਕਿ ਜ਼ਿੰਦਗੀ ਨੂੰ ਨਰਕ ਬਣਾਉਂਦੇ ਨੇ ਯਾਰ ਨਰਕ ਦੀ ਤਾਂ ਤੂੰ ਯਾਰ ਮੈਨੂੰ ਪੈਸੇ ਦੇ ਮੈਂ ਜਾਵਾਂ ਉਹ ਰੁਕ ਜਾ ਉੱਥੇ ਜਾ ਕੇ ਵੀ ਕੀ ਕਰੇਗੀ ਨਾਲੇ ਤੂੰ ਕਹਿੰਦੀ ਤੇਰੇ ਘਰ ਵਾਲਾ ਬੜਾ ਤੰਗ ਕਰਦਾ ਤੈਨੂੰ 2 ਘੰਟੇ ਹੋਰ ਰੁਕ ਜਾ ਤੈਨੂੰ ਨਹੀਂ ਪਤਾ ਜੇ 2 ਘੰਟੇ ਰੁਕ ਵੀ ਗਈ ਨਾ ਤਾਂ 2 ਘੰਟਿਆਂ ਦਾ ਹਿਸਾਬ ਦੇਣਾ ਪਊਗਾ ਉਹਨੂੰ ਤੂੰ ਮੈਨੂੰ ਪੈਸੇ ਦੇ ਯਾਰ ਔਰ ਰੁਕ ਜਾ ਯਾਰ ਮੈਂ ਕੀ ਕਰਾਂ ਮੈਂ ਕਦੇ ਪਿਆਰ ਨਹੀਂ ਕਰਕੇ ਦੇਖਿਆ ਮੈਨੂੰ ਪਹਿਲੀ ਵਾਰੀ ਤੇਰੇ ਨਾਲ ਪਿਆਰ ਹੋਇਆ ਅਤੇ ਜਿਸਮ ਨਾਲ ਤਾਂ ਰੱਜ ਕੇ ਹੀ ਹੋ ਗਿਆ ਮੈਂ ਕੋਈ ਪਿਆਰ ਨਹੀਂ ਕਰਦੀ ਪਿਆਰ ਦੇ ਨਾਮ 'ਤੇ ਮੈਨੂੰ ਨਫ਼ਰਤ ਹੋ ਗਈ ਹੁਣ ਨਫ਼ਰਤ ਨਾ ਕਰ ਤੂੰ ਦਿਲ ਤੋਂ ਇੱਕ ਵਾਰੀ ਮੈਨੂੰ ਕਰਕੇ ਤਾਂ ਦੇਖ ਰਹੀ ਗੱਲ ਪੈਸੇ ਦੀ 1000 ਤਾਂ ਕੀ ਮੈਂ ਤੈਨੂੰ 20,000 'ਚ ਤੋਲ ਦੂੰਗਾ ਹੁਣ ਤਾਂ ਇਹ ਤੋਲਣ ਵਾਲੀ ਹੀ ਕੰਮ ਰਹਿ ਗਿਆ ਮੇਰਾ ਕੋਈ 1000 'ਚ ਤੋਲਦਾ ਕੋਈ 1 'ਚ ਤੋਲਦਾ ਕੋਈ 2 ਲੱਖ 'ਚ ਤੋਲਦਾ ਇਹ ਤਾਂ ਮੇਰੀ ਜ਼ਿੰਦਗੀ ਤੋਲਣ ਵਾਲੀ ਹੀ ਰਹਿ ਗਈ ਹੁਣ ਦੇਖ ਹੋ ਗਿਆ ਤੂੰ ਹੋਰਾਂ ਦੀਆਂ ਗੱਲਾਂ ਛੱਡ ਤੂੰ ਮੇਰੀ ਬਣ ਕੇ ਤਾਂ ਦੇਖ ਤੈਨੂੰ ਕਿਸੇ ਹੋਰ ਦੀ ਮੈਂ ਹੋਣੇ ਨਹੀਂ ਦਿੰਦਾ ਹੁਣ ਤਾਂ ਬਣ ਗਈ ਜਿਹਦੀ ਬਣਨੀ ਸੀਗੀ ਹੁਣ ਤਾਂ ਬਸ ਰੱਬ ਤੋਂ ਇੱਕ ਇਹੀ ਅਰਦਾਸ ਕਰਦੀ ਹਾਂ ਕਿ ਰੱਬਾ ਜੇ ਮੈਨੂੰ ਮੌਤ ਦੇਈ ਤਾਂ ਇਹੀ ਜਿਹੀ ਮੌਤ ਦੇਈ ਕਿ ਦੂਜਾ ਜਨਮ ਜੇ ਦੇਵੇਂਗਾ ਤਾਂ ਕੁੜੀ ਬਣ ਕੇ ਜਨਮ ਨਾ ਲਵਾਂ ਮੈਨੂੰ ਪੈਸੇ ਦੇ ਮੈਂ ਜਾਵਾਂ ਯਾਰ ਕਿਉਂ ਇਹ ਗੱਲਾਂ ਕਰਦੀ ਨਾ ਯਾਰ ਤੂੰ ਮੈਨੂੰ ਪੈਸੇ ਦੇ
आ गई आ गई। बह जा आ फड़। अज तो पूरा हजार लैके आई है। बोतल नहीं लैके आई मेरे वास्ते। हूँ तो मैं ठेका ते ही भेजेंगा। तेरे पीछे की कुछ नहीं किया मैंने, सब कुछ तो बेचता अपना। बेचता दिता सब कुछ, जे ठेके से भी वग जाती फिर की हो जाता। मेथों नहीं कितने मरिया जाता। चल मैं आप ही चला जाना, तू तो नहीं जा सकती। पैसा 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 बंदे तो की नहीं करवाता, सब कुछ पैसा ही है। ओ की गल, काम ते नहीं गई? काम ते मैथों नहीं जाया जांदा काम ते। तेनू भाभी दा फोन आया कि नहीं आया? मेरी गल सुन, मैनू सिलाई दा काम आउंदा, मैं सेंटर खोल के बैठ जानी आ। मैनू ना भेज, मैं तेरे मूहरे हाथ जोड़दी आ। मैनू तेरी समझ नहीं आउंदी, आ सेंटरां सुन रहा है कुछ नहीं पिया, आ सारे भुखे मर रहे ने सिलाईयां सलूईयां वाले। तेनू नहीं पता मैनू तकलीफ है, मैं नहीं जा सकती। की तकलीफ है तेनू? मैनू प्रॉब्लम है। चौथे दिन ही तेनू प्रॉब्लम हो जाती है, आई समझ? जल्दी तैयार हो जा ते जा। सुन ले ध्यान नाल मेरी गल, पैसे चाहिए ने मैनू, वो आई समझ कि नहीं? कितना टाइम लाएगी दस? मैनू फिर मैं फोन करदा भी आ रही है। मैं झाड़ू तो ला दा। झाड़ू चुड़ू छड, इत्थे केड़ा भैन चो रिश्तेदारां ने आउणा, जल्दी जा तू। प्लीज एक काम ना करो, मैं तकलीफ बहुत है मैनू। जे तुहानूं तकलीफ सी फिर इत्थे आएगी करन वास्ते, मैनूं पहले ही मना कर देंदे। मेरी मजबूरी सी आउणा। एड्डी वी की मजबूरी होगी? हर इंसान औरत की मजबूरी क्यों नहीं समझता, उन्होंने दबाते नोचन की कोशिश क्यों करता रहता है? एड्डी भी गल नहीं हैगी, सारे इंसान नहीं बुरे होंगे, नाले तेरी एड्डी भी की मजबूरी होगी जी मैं अपनी कहानियां सुना लग पे। मैं तेनों की दसा कि मेरी की कहानी है। मेरे घरद ने मेरा ब्याह किया, साढ़े दो जिया तकरार हो लग गई, तो मेरा तलाक हो गया। एक मुंडे नाल मेरा प्यार पै गया, मैनू की पता सी कि उस बंदे ने अपने प्यार दे जाल विच फसा के मैनू ले आया, ते मैनू इह जे रस्ते तोरता कि ना मैं लिखण जोगरी ना मैं मरन जोगरी। उस बंदे ने मैनू गलत कम्मां च पाता। जे उस बंदे ने तैनू गलत कम्मां ते पाता फिर तू छड्ड क्यों नहीं दिंदी इन्हां कम्मां नू? मेरा भी सुपना है कि मैं चंगी जिंदगी जीवां, पर मेरा बंदा मैनू जीउण नहीं दिंदा। तेरिया गल्लां सुन के तो मेरी भी रूह कम आई, मैं कदे सोचा भी नहीं सीगा कि इंसान इन्ना खुदगर्ज ते बेईमान हो सकता है। अज तक मैं जिंदगी च कदे भी नहीं सुनिया कि कोई घरवाला अपनी घरवाली इन्ना कम्मां ते पाएगा, पहली बार यह केस होया मेरी जिंदगी च। मैं इस इंसान ते अन्ना विश्वास कर बैठी कि मैं अपनी जिंदगी भी नरक बना बैठी। वो तो गल तेरी मैं मानता, अजकल विश्वास करके ना अपनी जिंदगी पाप तबाह कर लें। चल कोई ना, आ फड़ पैसे ते जा इत्थों। पैसे? हाँ। मैंने कुछ करन तो दिता नहीं, मैं पैसे क्यों लवा? तू पैसे नहीं लेके जाएंगे तेरा घरवाला तेनों फिर कुटूगा, ओदी नज़र से ना तू सारा कुछ कर लिया, चाहे अपने किया चाहे नहीं किया, आ चक कोई गल नहीं। हाँ एक गल होर, नाले बंदा ना रोज़ रोज़ मरन नाले एक दिन मर जाए तो चंगा होंदे। ਵਧੀਆ ਕਹਿ ਗਿਆ,
इंसान रोज़ रोज़ मरन नालों एक दिन मर जाए वो चंगा होंदा। सत श्री अकाल जी सारयां नूं, बहुत बहुत थैंक यू जिन्होंने साडी फिल्म देखी। अगर तुहानूं सारयां नूं साडी फिल्म वधिया लगी तां लाइक कमेंट करके जरूर दस्सिओ। सो बहुत सारे साडे दर्शक ने साडे नाल जुड़े होए ने शुरू तों ही, है ना, उहनां नूं किते ना किते साडे प्रति अफसोस है, रोस है ना, जो एवें दी फिल्मां नहीं देखना चाहुंदे, है ना। बट बई है ना यार, एक दो तीन चार पंज हो गए ना, पंज होर वी बंदे पिछे बड़े ने, होर वी घर दे मैंबर वी ने, बड़े बंदे ने, है ना, वी परिवार है ना यार। आ जिहड़ा ढिड है ना वीरे, इह रोटी मंगदा है ना, ਮੈਨੂੰ ਵੀ ਚਲਾ ਲੈਣ ਦੇ, ਮੈਂ ਇੱਕ ਮਿੰਟ। ਹਾਂ ਹਾਂਜੀ ਬਾਈ, ਅਸੀਂ ਨਾ ਵੀਰੇ ਸਭ ਤੋਂ ਵੱਡੀ ਗੱਲ ਹੈ ਨਾ, ਅਸੀਂ ਪ੍ਰਾਊਡ ਫੀਲ ਕਰਦੇ ਹਾਂ ਕਿ ਆਹ ਮੁਸਕਾਨ ਹੈ ਨਾ ਭੈਣ ਸਾਡੀ, ਬਹੁਤ ਘੈਂਟ ਕੰਮ ਕਰਦੀ ਆ। ਬਹੁਤ ਸਾਰੇ ਲੋਕ ਨਾ ਇਹਦੇ ਪ੍ਰਤੀ ਨੈਗੇਟਿਵ ਕਮੈਂਟ ਕਰਦੇ ਆ ਅਤੇ ਕਰਨਗੇ ਵੀ ਸ਼ਾਇਦ, ਹੈ ਨਾ। ਸੋ ਅਸੀਂ ਕਹਿੰਦੇ ਹਾਂ ਨਾ ਵੀ ਅਸੀਂ ਕਰੈਕਟਰਾਂ ਅਤੇ ਕਿਰਦਾਰਾਂ ਦੀ, ਹੈ ਨਾ, ਇੱਜ਼ਤ ਕਰਦੇ ਹਾਂ ਨਾ। ਤੁਸੀਂ ਹਾਲੀਵੁੱਡ ਦੀਆਂ, ਬਾਲੀਵੁੱਡ ਦੀਆਂ ਜਾਂ ਪਹਿਲਾਂ ਪੰਜਾਬੀ ਫਿਲਮਾਂ ਆਈਆਂ ਸੀ ਨਾ, ਉਹਨਾਂ 'ਚ ਵੀ ਇੱਦਾਂ ਦੇ ਸੀਨ ਹੁੰਦੇ ਸੀਗੇ ਨਾ। ਜਿੰਨੇ ਬਾਈ ਯਾਰ ਗਾਣੇ ਆਉਂਦੇ ਨੇ ਸਾਰਿਆਂ 'ਚ ਹੀ ਹੈਗਾ ਗਾਣਾ, ਸਾਰੇ ਦੇਖਦੇ ਨੇ, ਟੀਵੀ 'ਤੇ ਆਉਂਦੇ ਨੇ ਬਾਈ, ਕਿਤੇ ਹੈ ਨਾ ਸਾਡੀ ਫਿਲਮ ਨਾਲ ਕੋਈ ਕਲਚਰ ਖਰਾਬ ਨਹੀਂ ਹੋ ਰਿਹਾ, ਸਾਡੀ ਫਿਲਮ ਨਾਲ ਕੋਈ ਕਲਚਰ ਨਹੀਂ ਖਰਾਬ ਹੁੰਦਾ, ਇਹ ਨੋਰਮਲ ਜੀਆਂ ਗੱਲਾਂ ਨੇ, ਬਸ ਆਪਣੀ ਸੋਚ ਦਾ ਹੀ ਫਰਕ ਹੈ, ਆਪਣੀ ਦੇਖਣ ਦਾ ਨਜ਼ਰੀਆ ਹੀ ਗਲਤ ਹੈ ਨਾ। ਸੋ ਐਕਟਰ ਦਾ ਕੰਮ ਹੈ ਨਾ ਸਮਾਜ 'ਚ ਹੋ ਰਹੇ ਕੰਮਾਂ ਨੂੰ ਨਾ ਸਮਾਜ ਦੇ ਸਾਹਮਣੇ ਪੇਸ਼ ਕਰਨਾ ਕਿ ਤਾਂ ਕਿ ਉਹ ਆਪਣੀ ਜ਼ਿੰਦਗੀ 'ਚ ਐਵੇਂ ਦਾ ਹੋ ਰਿਹਾ ਨੂੰ ਸੁਧਾਰ ਕਰ ਸਕਣ, ਹੈ ਨਾ। ਅਤੇ ਨਾਲੇ ਬਾਈ ਜਿਹੜੀ ਆ ਸਟੋਰੀ ਤੁਸੀਂ ਦੇਖੀ, ਹੈ ਨਾ, ਅਤੇ ਕਿਤੇ ਨਾ ਕਿਤੇ ਸਾਨੂੰ ਪਤਾ ਲੱਗਿਆ ਸੀ, ਹੈ ਨਾ, ਕੁਛ ਇੱਦਾਂ ਦੀ ਸਟੋਰੀ ਹੈਗੀ ਸੀ ਬਾਈ ਸੱਚੀ, ਹੈ ਨਾ, ਤਾਂ ਕਰਕੇ ਅਸੀਂ ਕੀਤੀ ਆ ਬਾਈ। ਸਾਨੂੰ ਵੀ ਯਕੀਨ ਨਹੀਂ ਹੋਇਆ ਕਿ ਯਾਰ ਅਸੀਂ ਸੋਚਿਆ ਵੀ ਯਾਰ ਕਰ ਦੇਣੀ ਚਾਹੀਦੀ, ਹੈ ਨਾ, ਹੁੰਦਾ ਹੋਣਾ ਦੁਨੀਆ 'ਤੇ। ਪ੍ਰਗਟ ਨਾਲ ਗੱਲ ਹੋਈ ਫੋਨ 'ਤੇ, ਮੈਂ ਪ੍ਰਗਟ ਇੱਦਾਂ ਦੀ ਸਟੋਰੀ ਹੋਈ ਪਈ ਹੈ, ਹੈ ਨਾ। ਪ੍ਰਗਟ ਕਹਿੰਦਾ ਯਾਰ ਇੱਦਾਂ ਹੁੰਦਾ ਨਹੀਂ ਕਦੇ ਵੀ, ਕੋਈ ਘਰ ਵਾਲਾ ਆਪਣੀ ਘਰ ਵਾਲੀ ਨੂੰ ਕਿਵੇਂ ਭੇਜ ਸਕਦਾ। ਮੈਂ ਬਾਈ ਹੁੰਦਾ ਕਿਉਂ ਨਹੀਂ, ਹੈ ਨਾ, ਦੁਨੀਆ 'ਤੇ ਬਹੁਤ ਕੁਝ ਹੁੰਦਾ, ਹੈ ਨਾ, ਦੁਨੀਆ ਉਹੀ ਗੱਲ ਹੈ ਬਈ, ਹੈ ਨਾ, ਵੀ ਅੱਜ ਦੇ ਟਾਈਮ ਨਾ ਹਰ ਤਰ੍ਹਾਂ ਦੀ ਦੁਨੀਆ ਰੰਗ ਬਿਰੰਗੀ ਦੁਨੀਆ, ਹੈ ਨਾ, ਰਿਐਲਿਟੀ ਹੈ ਨਾ, ਸੱਚ ਹੈ ਇਹ।